ਦੀ ਜਿਨ੍ਹਾਂ ਦੀ 11ਵੀਂ ਖਾਣੇ ਆ ਸੁਭਾਨ ਅੱਲਾ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਮਾਫੀ ਹੈ ਜਿਹੜੇ ਖਾਂਦੇ ਉਹ ਆਖੋ ਸੁਭਾਨ ਅੱਲਾ ਤਵੱਜੋ ਮੇਰੇ ਵੱਲ ਹਜ਼ੂਰ ਗੌਸੇ ਪਾਕ ਰਹਿਮਤੁਲਾਹ ਤਾਲਾ ਲਈ ਇੱਕ ਦਿਨ ਆਪ ਆਪਣੇ ਇੱਕ ਗੁਲਾਮ ਦੇ ਨਾਲ ਬਗਦਾਦ ਸ਼ਰੀਫ ਚੋਂ ਸੈਰ ਕਰਨ ਦੇ ਇਰਾਦੇ ਦੇ ਨਾਲ ਜਾਂ ਇੰਜ ਕਹਿ ਲਓ ਆਪ ਪੜ੍ਹਾਈ ਕਰਨ ਦੇ ਇਰਾਦੇ ਦੇ ਨਾਲ ਆਪਣੇ ਇਲਾਕੇ ਚੋਂ ਨਿਕਲੇ ਚਲਦਿਆਂ ਚਲਦਿਆਂ ਦਰਿਆ ਦੇ ਕਿਨਾਰੇ ਤੇ ਆ ਗਏ ਬੈਠੇ ਅੱਲਾ ਦਾ ਜ਼ਿਕਰ ਕਰ ਰਹੇ ਨੇ ਚੰਦ ਲਮਹੇ ਗੁਜ਼ਰੇ ਇੱਕ ਔਰਤ ਦੇ ਰੋਣ ਦੀ ਆਵਾਜ਼ ਆਈ ਤਵੱਜੋ ਹੈ ਮੇਰੇ ਵੱਲ ਇੱਕ ਔਰਤ ਦੇ ਰੋਣ ਦੀ ਆਵਾਜ਼ ਆਈ ਹੁਣ ਇਹ ਸੀ ਹਸਨੀ ਹੁਸੈਨੀ ਸੁਭਾਨ ਅੱਲਾ ਤੇ ਜਿਹੜਾ ਹੁੰਦਾ ਨਾ ਸੈਯਦਾਂ ਦਾ ਘਰਾਨਾ ਇਹ ਬੜਾ ਸਖੀ ਹੁੰਦਾ ਹੈ ਇਹਨਾਂ ਕੋਲੋਂ ਕਿਸੇ ਦਾ ਰੋਣਾ ਨਹੀਂ ਵੇਖਿਆ ਜਾਂਦਾ ਤੇ ਜਿਨ੍ਹਾਂ ਦੀ ਨਿਸਬਤ ਜਿਨ੍ਹਾਂ ਦੀ ਲੜੀ ਅਗਰ ਚੱਲੇ ਮਾਂ ਵੱਲੋਂ ਤੇ ਬਾਪ ਵੱਲੋਂ ਸੈਯਦਾ ਫਾਤਿਮਾ ਤੱਕ ਪਹੁੰਚਦੀ ਹੋਵੇ ਜਿਨ੍ਹਾਂ ਦੀ ਲੜੀ ਚੱਲੇ ਤੇ ਮੌਲਾ ਅਲੀ ਤੱਕ ਪਹੁੰਚਦੀ ਹੋਵੇ ਉਹ ਗੌਸੇ ਆਜ਼ਮ ਨਾ ਹੋਵੇ ਤੇ ਕੀ ਹੋਵੇ ਹੁਣ ਤਵੱਜੋ ਮੇਰੇ ਵੱਲ ਆਪਨੇ ਭੇਜਿਆ ਆਪਣੇ ਮੁਰੀਦ ਨੂੰ ਫਰਮਾਇਆ ਜਾ ਕੇ ਪਤਾ ਕਰ ਕਿਹਦੇ ਰੋਣ ਦੀ ਆਵਾਜ਼ ਆ ਰਹੀ ਉਹ ਮੁਰੀਦ ਆਇਆ ਉਹਨੇ ਆ ਕੇ ਬੀਬੀ ਨੂੰ ਪੁੱਛਿਆ ਬੀਬੀ ਰੋਣ ਦੀ ਵਜ੍ਹਾ ਕੀ ਹੈ ਆਂਦੀ 12 ਸਾਲ ਗੁਜ਼ਰ ਗਏ ਮੇਰਾ ਪੁੱਤਰ ਗਿਆ ਸੀ ਵਿਆਹਣ ਵਾਸਤੇ ਦੁਲਹਾ ਬਣ ਕੇ ਇਸ ਦਰਿਆ ਚੋਂ ਗਿਆ ਪਾਰ ਕਸ਼ਤੀ ਚ ਸਵਾਰ ਹੋ ਕੇ ਤੇ ਬਰਾਤ ਜਦੋਂ ਵਾਪਸ ਆਈ ਨਾ ਵਿਦ ਦੁਲਹਨ ਤੇ ਦੁਲਹਾ ਤੇ ਸਾਰੇ ਬਰਾਤੀ ਦਰਮਿਆਨ ਚ ਆ ਕੇ ਬੇੜਾ ਡੁੱਬ ਗਿਆ ਤੇ ਮਾਵਾਂ ਦੇ ਦਿਲ ਬੜੇ ਨਰਮ ਹੁੰਦੇ ਨੇ ਮਾਵਾਂ ਆਪਣੀ ਔਲਾਦ ਨਾਲ ਬੜਾ ਪਿਆਰ ਕੀਤਾ ਕਰਦੀਆਂ ਨੇ ਮਾਵਾਂ ਕੋਲੋਂ ਔਲਾਦ ਦਾ ਦੁੱਖ ਬਰਦਾਸ਼ਤ ਅਗਰ ਕੰਡਾ ਪੈਰ ਚ ਲੱਗੇ ਨਾ ਪੁੱਤਰ ਦੇ ਤੇ ਤਕਲੀਫ ਮਾਂ ਦੇ ਸੀਨੇ ਚ ਹੁੰਦੀ ਹੈ ਮਾਂ ਇੰਨਾ ਆਪਣੇ ਪੁੱਤਰਾਂ ਨਾਲ ਤੇ ਔਲਾਦ ਨਾਲ ਪਿਆਰ ਕੀਤਾ ਕਰਦੀ ਹੈ 12 ਸਾਲ ਗੁਜ਼ਰ ਗਏ ਮਾਂ ਦਰਿਆ ਦੇ ਕਿਨਾਰੇ ਤੇ ਬੈਠੀ ਪਈ ਰੋਂਦੀ ਹੈ ਹੁਣ ਤਵੱਜੋ ਮੁਰੀਦ ਵਾਪਸ ਆਇਆ ਉਹਨੇ ਆ ਕੇ ਅਰਜ਼ ਕੀਤੀ ਬਗਦਾਦ ਦੇ ਤਾਜਦਾਰਾ ਉਹ ਬੁੱਢੀ ਮਾਈ ਇਸ ਵਜ੍ਹਾ ਤੋਂ ਪਈ ਰੋਂਦੀ ਹੈ ਤਵੱਜੋ ਮੇਰੇ ਵੱਲ ਕਰਿਆ ਜੇ ਤੇ ਹੁਣ ਸ਼ਹਿਨਸ਼ਾਹੇ ਬਗਦਾਦ ਸੀ ਹਸਨੀ ਹੈ ਹੁਸੈਨੀ ਹੈ ਤਵੱਜੋ ਮੇਰੇ ਵੱਲ ਸਿਲਸਿਲਾ ਸੈਯਦਾ ਫਾਤਿਮਾ ਤੱਕ ਪਹੁੰਚਦਾ ਹੈ ਸਿਲਸਿਲਾ ਮੌਲਾ ਅਲੀ ਤੱਕ ਪਹੁੰਚਦਾ ਹੈ ਦਿਲ ਸੁਣਿਆ ਰਿਆ ਨਾ ਗਿਆ ਖੜੇ ਹੋ ਗਏ ਮਾਈ ਦੇ ਕੋਲ ਆਏ ਮਾਂ ਜਦੋਂ ਇੱਕ ਨਜ਼ਰ ਬਗਦਾਦ ਦੇ ਤਾਜਦਾਰ ਤਲਕਦੀ ਹੈ ਤੇ ਪੁੱਛਦੀ ਹੈ ਚਿਹਰਾ ਬੜਾ ਸੋਹਣਾ ਹੈ ਪੇਸ਼ਾਨੀ ਵਿੱਚੋਂ ਨੂਰ ਟਪਕਦਾ ਪਿਆ ਹੈ ਕਰਮ ਕਰੋ ਅੱਜ ਜ਼ਰਾ ਇੱਥੇ ਰੱਬ ਦੀ ਬਾਰਗਾਹ 'ਚ ਦੁਆ ਕਰੋ ਮੇਰਾ ਪੁੱਤਰ ਵਾਪਸ ਆ ਜਾਏ ਮੇਰੇ ਦੋਸਤਾ ਮੈਂ ਇੱਥੇ ਗੱਲ ਕਰਨ ਤੋਂ ਪਹਿਲੇ ਇੱਕ ਮਿਸਾਲ ਦੇ ਦਿਆਂ ਮੌਜਜ਼ਾ ਔਰ ਕਰਾਮਤ ਉਹਨੂੰ ਕਹਿੰਦੇ ਨੇ ਜਿਹਨੂੰ ਅਕਲ ਤਸਲੀਮ ਨਾ ਕਰੇ ਅਕਲ ਨਾ ਮੰਨੇ ਮੇਰੇ ਨਬੀ ਨੇ ਚੰਦ ਦੇ ਟੁਕੜੇ ਕੀਤੇ ਅਕਲ ਨਹੀਂ ਮੰਨਦੀ ਪਰ ਮੌਜਜ਼ਾ ਕਹਿੰਦੇ ਹੀ ਇਹਨੂੰ ਨੇ ਤਵੱਜੋ ਹੈ ਮੇਰੇ ਵੱਲ ਤਵੱਜੋ ਹੈ ਮੇਰੇ ਵੱਲ ਚੰਦ ਦੇ ਟੁਕੜੇ ਕੀਤੇ ਅਕਲ ਨਹੀਂ ਮੰਨਦੀ ਵੀ ਇੰਜ ਹੋ ਸਕਦਾ ਹੈ ਲੇਕਿਨ ਮੌਜਜ਼ਾ ਹੁੰਦਾ ਹੀ ਹੋਏ ਕਰਾਮਤ ਉਹਨੂੰ ਕਹਿੰਦੇ ਗੌਸ ਪਾਕ ਨੇ ਇੱਧਰ ਸੱਜੇ ਨਜ਼ਰ ਮਾਰੀ 70 ਚੋਰ ਖੜੇ ਸਾਰਿਆਂ ਨੂੰ ਵਲੀ ਬਣਾ ਦਿੱਤਾ ਖੱਬੇ ਨਜ਼ਰ ਮਾਰੀ 70 ਚੋਰ ਖੜੇ ਸਾਰਿਆਂ ਦੀ ਇੱਕ ਨਜ਼ਰ ਮਾਰੀ ਸਾਰਿਆਂ ਨੂੰ ਵਲੀ ਬਣਾ ਦਿੱਤਾ ਕਰਾਮਤ ਕਹਿੰਦੇ ਉਹਨੂੰ ਜਿਹਨੂੰ ਅਕਲ ਨਾ ਮੰਨੇ ਹੁਣ ਤਵੱਜੋ ਮੈਂ ਕੁਰਾਨ ਦੀ ਆਇਤ ਨਾ ਪੜਾਂ ਇੱਥੇ ਪਿਛਲੇ ਨਹੀਂ ਬੋਲੇ ਅਲਹਮਦੁਲਿਲਾ ਆਪਣਾ ਅਕੀਦਾ ਹੀ ਕੁਰਾਨ ਸੁਨਤ ਦੇ ਮੁਤਾਬਕ ਆਓ ਜਰਾ ਤਵੱਜੋ ਫਰਮਾਓ ਰੱਬ ਦਾ ਕੁਰਾਨ ਪੜ੍ਹੀਏ ਅੱਲਾ ਰੱਬੁਲ ਆਲਮੀਨ ਨੇ ਫਰਮਾਇਆ ਯਾ ਅਯੂਹੱਲਲੀਨਾ ਮਨੁਤਕੁਮੁਲਲਾਹ
یاد رکھو اللہ دا قرآن کی فرماتا ہے خبردار اے جڑے اللہ دے ولی نے اے جڑے اللہ والے نے انہاں نوں نہ کوئی خوف نہ غمگین ہون گے بلکہ اللہ دے بڑے قریب نے دوجے مقام تے رب العالمین نے فرمایا اے ایمان والیو اللہ دے کولو ڈریا کرو اور سچیاں دے نال ہو جاؤ وقولو ما صادقین اور سچیاں دے سنگ ہو جاؤ میرا تے عقیدہ یہ وہ چنگے چنگے میں لالو یاریاں چنگے چنگے آنا میں لالو اس آئی دے قریب آئے رو رو کے ارضا کر دیئے میرے بغداد تاجدار نو اپنا دکھ سنا دیئے آن دیئے پیلا لڑنا وزچ خبر Yeah.
غوث پاک نے عرض کیتی مولا جنوں تو رکھے اونوں بجھا کوئی نہیں سکدا توجہ مرمل حضور غوث پاک نے رب دی بارگاہ وچ دعا کیتی چند گھڑیاں ہوئی پانی دے اوتے 12 سال تو پہلے ڈوبیا پیڑا اپنے آپ ہی تر جاندا نعرہ تکبیر